ਬੰਦਿਆਂ ਨੂੰ ਆ ਸਿਆਣੇ ਡੰਗਰ ਆਵਾਜ਼ਾਂ ਦਿੰਦੇ ਆ ਸਾਰੇ ਆ ਪੁੱਤੋ ਹਾਂ ਰਾਜੇ ਹਾਂ ਰਾਜੇ ਪੁੱਤੋ ਮੇਰੀ ਕੋਈ ਛੋਟੀ ਸੇਵਾ ਮੈਂ ਕਰਦਾ ਪੁੱਤ ਦਾਣ ਦੇ ਵਾਸਤੇ ਲਿਆਉਂਦੇ ਹਾਂ ਬੰਦੇ ਸਿਆਣੇ ਜਾਂ ਡੰਗਰ ਸਿਆਣੇ ਹਾਂ ਪੁੱਤ ਹਾਂ ਲਿਆਓ ਦਾਣਾ ਲਿਆਓ ਭਜਨ ਲਿਆਓ ਹਾਂ ਪੁੱਤ ਹਾਂ ਮੈਂ ਕੀ ਕਰਨੀ ਕੋਈ ਗੱਲ ਕਰਨ ਇਹ ਕੰਮ ਇੱਕ ਪੁੱਛਣਾ ਨਾ ਜਿਹੜੇ ਇਤਿਹਾਸਿਕ ਸਥਾਨ ਹੈ ਜੀ ਗੁਰਦੁਆਰਾ ਜਿਹੜਾ ਹੈ ਇਹ ਵਿਦਿਆਲਿਆ ਵੀ ਹੈ ਸਮਾਜਿਕ ਜੀਵਨ ਵੀ ਧਾਰਮਿਕ ਵੀ ਸਭ ਨੂੰ ਵਪਾਰੀ ਕੰਮ ਨਹੀਂ ਹੈਗਾ ਜੇ ਮੈਂ ਆਪ ਕਹਾਂਗਾ ਸ਼ਹਿਰ ਆਓ ਨਹੀਂ ਸ਼ੁਰੂ ਕਰਨਾ ਚੱਲ ਪੁੱਛ ਮੈਂ ਬਚਪਨ ਤੋਂ ਅੱਠ ਜਮਾਤਾਂ ਪੜ੍ਹ ਕੇ ਸੰਤ ਬਾਬਾ ਰਾੜਾ ਸਾਹਿਬ ਵਾਲੇ ਦੀ ਸੰਗਤ ਚਲੇ ਗਏ ਸਾਰਾ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਨਿੱਜ ਮੇਰਾ ਹੋਰ ਵੀ ਪੰਜ ਭਰਾ ਭੈਣ ਮਾਤਾ ਪਿਤਾ ਵੱਡਾ ਪਰਿਵਾਰ ਪਰ ਮੇਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਪਹਿਲਾਂ ਬਚਪਨ ਤਾਂ ਮੇਰੇ ਮਾਤਾ ਜੀ ਦੇ ਖਿਆਲ ਧਰਮ ਦੀ ਸੀ ਪਿਤਾ ਜੀ ਦੇ ਖਿਆਲ ਧਰਮ ਸੀ ਸਾਡੇ ਘਰ 'ਚ ਧਰਮ ਖਿਆਲ ਨਾਨੀ ਨਾਨਾ ਨਾਨਕਿਆਂ ਵੱਲੋਂ ਦਾਦੇ ਵੱਲੋਂ ਆਏ ਇੱਕ ਸੰਤਾਂ ਦੀ ਸੰਗਤ ਬਾਬਾ ਜੀ ਕਿਸ਼ਨ ਸਿੰਘ ਰਾੜਾ ਸਾਹਿਬ ਦੀ ਸੰਗਤ ਮਹਾਨ ਸ਼ਖਸੀਅਤ ਬਾਬਾ ਕਿਸ਼ਨ ਸਿੰਘ ਜੀ ਦੇ ਨਾਲ ਕਿੰਨਾ ਕੁ ਸਮਾਂ ਆਪਣਾ ਸਮਾਂ ਛੇ ਸਾਲ ਉਹਨਾਂ ਦੇ ਚੱਲਣਾ ਚਾਹੀਦਾ ਹਾਂ ਸੇਵਾ ਕਰਦੇ ਨੇ ਉੱਥੇ ਇੱਥੇ ਮੈਂ ਹੋ ਗਿਆ 85 ਮੁੱਖ ਸੇਵਾਦਾਰ ਤੌਰ 'ਤੇ ਮੈਨੂੰ ਥੱਪ ਗਿਆ ਸੰਗਤ ਨੇ ਪੰਚਾਇਤ ਨੇ ਇਲਾਕੇ ਦੀਆਂ ਪੰਚਾਇਤਾਂ ਨੇ ਜਥੇਬੰਦੀਆਂ ਨੇ ਮੌਜੂਦਾ ਮੈਂ SCPC ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਮੌਜੂਦਾ ਪਿੰਡ ਦਾ ਸਰਪੰਚ ਵੀ ਹੈ ਸਰਬਸੰਮਤੀਆਂ ਚੁਣਿਆ ਛਾਪਾ ਪਿੰਡ ਕਿਹੜੇ ਜ਼ਿਲ੍ਹੇ 'ਚ ਸੰਗਰੂਰ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਰਨਾਲਾ ਹੈ ਠੀਕ ਹੈ ਜੀ ਅਤੇ ਤੁਹਾਡਾ ਬਾਕੀ ਹੋਰ ਪਰਿਵਾਰ ਤੁਹਾਡੇ ਅੱਗੇ ਪੀੜ੍ਹੀ ਕੋਈ ਪਿੱਛੇ ਮੈਂ ਸ਼ਾਦੀ ਨਹੀਂ ਕਰਵਾਈ ਠੀਕ ਹੈ ਸੰਤ ਮੱਤ ਜੀ ਰਹੇ ਬਚਪਨ ਤੋਂ ਠੀਕ ਹੈ ਜੀ ਬਾਕੀ ਪਰਿਵਾਰ ਪਿੰਡ ਭੈਣ ਭਰਾ ਹੈਗੇ ਸਾਰੇ ਠੀਕ ਹੈ ਜੀ ਅਤੇ ਤੁਸੀਂ ਆਪਦੇ ਪਿੰਡ ਵੀ ਕਦੇ ਜਾਂਦੇ ਹੁੰਦੇ ਹੋ ਜਾਂਦੇ ਜਦੋਂ ਸੰਗਤ ਬੁਲਾਉਂਦੀ ਹੈ ਕੋਈ ਸਕੂਲ ਦਾ ਗੁਰਦੁਆਰੇ ਦਾ ਕੋਈ ਸਾਂਝਾ ਕੰਮ ਜਾਂ ਭੋਗ ਕਿਸੇ ਜਿਵੇਂ ਲੋਕ ਬੁਲਾਉਂਦੇ ਆ ਬੁਲਾਉਂਦੇ ਰਹਿੰਦੇ ਤੁਹਾਨੂੰ ਪਿੰਡ ਠੀਕ ਹੈ ਜੀ ਤੁਹਾਡੀ ਅਗਵਾਈ ਹੇਠ ਅੱਜ ਕੱਲ੍ਹ ਕਿੰਨੇ ਗੁਰਦੁਆਰਾ ਸਾਹਿਬ ਧਾਰਮਿਕ ਸਥਾਨਾਂ ਦੇ ਵਿੱਚ ਅੱਜ ਕੱਲ੍ਹ ਪਹਿਲਾਂ ਤਾਂ ਮੇਰੇ ਜਿੱਥੇ ਜਨਮ ਸਥਾਨ ਉਸ ਪਿੰਡ ਦੀ ਸੇਵਾ ਚੱਲਦੀ ਦਰਬਾਰ ਸਾਹਿਬ ਦੀ ਠੀਕ ਹੈ ਜੀ ਉਦੋਂ ਬਾਅਦ ਇਹ ਦਰਬਾਰ ਸਾਹਿਬ ਹੈ ਹਾਂਜੀ
ਅਤੇ ਊਂ ਹਲਕੇ ਸਾਰੇ ਗੁਰਦੁਆਰਿਆਂ ਦੀ ਸੇਵਾ ਲੋੜ ਹੁੰਦਾ ਜਿੱਥੇ ਕਿ ਸੀਮਿੰਟ ਦੀ ਇੱਟਾਂ ਦੀ ਮਾਈ ਲੋੜ ਪੈਂਦੀ ਹੈ। ਹਾਂਜੀ 60-65 ਪਿੰਡ ਨੇ ਮੇਰੇ ਹਲਕੇ 'ਚ। ਠੀਕ ਹੈ। ਮੈਂ ਸਾਰਿਆਂ ਵਿੱਚ ਜਿੱਥੇ ਲੋੜ ਪੈਂਦੀ ਹੈ ਉੱਥੇ, ਉਹ ਤੋਂ ਹਲਕੇ ਤੋਂ ਬਾਹਰ ਵੀ ਜਿੱਥੇ ਯਾਦ ਕਰਨ ਲਈ ਜਾਂਦੇ ਹਾਂ ਉੱਥੇ ਪਾਣੀ ਦੀਆਂ ਮੋਟਰਾਂ ਲਵਾਉਣੀਆਂ, ਗਰੀਬਾਂ ਦੀ ਲੜਕੀ ਦੀ ਸ਼ਾਦੀ ਕਰਨੀ, ਅਤੇ ਦੁਖੀ ਬੰਦੇ ਦਵਾਈ ਦੇਣੀ, ਭੁੱਖੇ ਨੂੰ ਆਟਾ ਅਨਾਜ ਪਾਣੀ ਦੇਣਾ, ਸਭ ਕੱਪੜਾ ਲੀੜਾ। ਅਤੇ ਇਸ ਗਊਸ਼ਾਲਾ ਦੇ ਵਿੱਚ ਜਿੱਥੇ ਆਪਾਂ ਮੌਜੂਦਾ ਸਥਾਨ ਖੜ੍ਹੇ ਹਾਂ, ਇਹਨੂੰ ਮਹਿਲ ਖੁਰਦ ਲਵਾ ਰਹੇ ਕੈਂਪ, ਡੀਸੀ ਸਾਹਿਬ ਨੇ, ਐਸਐਸਪੀ ਸਾਹਿਬ, ਮੈਂ ਵੀ ਵਿੱਚ ਹੈਗਾ ਉਹਦੇ, ਪਿੰਡ ਪਿੰਡ ਪ੍ਰਚਾਰ ਕਰਦੇ ਹਾਂ, ਕੁਸ਼ਤੀਆਂ ਕਰਾਉਣੀਆਂ, ਖੇਡਾਂ ਕਰਾਉਣੀਆਂ, ਇਦੋਂ ਨਸ਼ਿਆਂ ਤੋਂ ਹਟਾਉਣਾ, ਖੁਰਾਕ ਖਾਓ, ਦੁੱਧ ਘਿਓ ਖਾਓ ਪੀ। ਠੀਕ ਹੈ ਜੀ, ਜਿਵੇਂ ਤੁਸੀਂ ਦੱਸ ਸਾਡੇ ਪਿੱਛੇ ਸਵਾਲ ਦੇ ਵਿੱਚ ਗੱਲ ਤੁਸੀਂ ਸਾਂਝੀ ਕੀਤੀ ਕਿ ਧੀਆਂ ਨੂੰ ਤੁਸੀਂ ਧੀਆਂ ਦੇ ਬਹੁਤ ਧੀਆਂ ਦੇ ਵਿਆਹ ਕੀਤੇ ਹੁਣ ਤੱਕ, ਅਤੇ ਹੁਣ ਤੱਕ ਤੁਸੀਂ ਕਿੰਨੇ ਜੋੜਾਂ ਦੇ ਵਿੱਚ ਉਹ ਕਰ ਚੁੱਕੇ? 24-25 ਵਿਆਹ ਕੀਤੇ ਹੁਣ ਤੱਕ। ਅਤੇ ਜਿਹੜਾ ਤੁਸੀਂ ਉਹ ਵਿਆਹ ਕਾਰਜ ਕਰਦੇ ਹੋ, ਉਹਦੇ ਤੁਸੀਂ ਆਪਦੇ ਸੰਸਥਾ ਵੱਲੋਂ, ਆਪਣੇ ਗੁਰਦੁਆਰਾ ਸਾਹਿਬ ਦੀ ਸਾਰੇ ਉਹਨਾਂ ਵੱਲੋਂ ਜਾਂ ਤੁਹਾਨੂੰ ਮਤਲਬ ਹੋਰ ਪਾਸੋਂ ਵੀ ਕਿਹੜਾ ਸਪੋਰਟ ਆ? ਬਹੁਤਾ ਸੰਸਥਾ ਵੱਲੋਂ ਔਰ ਸੰਗਤ ਵੀ ਸਾਡੇ ਇੰਨੇ ਪਿਆਰ ਵਾਲੇ ਲੋਕ ਨੇ, ਉਹ ਵੀ ਸਾਥ ਦਿੰਦੇ ਨੇ। ਠੀਕ ਹੈ ਜੀ। ਜਿਹਨੂੰ 40 ਭਾਂਡੇ, 5 ਬਿਸਤਰੇ, ਬੈੱਡ, ਪੇਟੀ, ਕੁਰਸੀਆਂ ਅਤੇ ਹੋਰ ਲੋੜੀਂਦਾ ਸਮਾਨ, ਮਸ਼ੀਨ ਵਗੈਰਾ ਇਹ ਕੋਲੋਂ ਫਰੀ ਦਿੰਦੇ ਸਰ। ਠੀਕ ਹੈ ਜੀ। ਅਤੇ ਗੁਰਦੁਆਰਾ ਦੇ ਇਤਿਹਾਸ ਖੋਣ ਬਾਰੇ ਕੁਛ ਤੁਸੀਂ ਦੱਸੋ, ਸਾਰਾ ਡਿਟੇਲ ਦੇ ਵਿੱਚ ਖੋਲ ਕੇ। ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਚਰਨ ਪੈਣੇ, 6ਵੇਂ ਪਾਤਸ਼ਾਹ ਮੀਰੀ ਪੀਰੀ। ਹਾਂਜੀ ਹਾਂਜੀ। ਅਤੇ ਉਦੋਂ ਬਾਅਦ ਜਿਹੜਾ ਕੁੱਪਰ ਜਿਹੜਾ ਵੱਡਾ ਘੱਲੂਘਰ, ਉਦੋਂ ਸਿੰਘਾਂ ਦਾ ਮੱਲਾਂ ਪੱਟੀ ਹੋਇਆ ਜਥੇਬੰਦੀਆਂ ਦੇ ਉੱਤੇ, ਰੋਟੀ ਖੁਰਾਕ ਮਿਲਦੀ ਰਹੀ ਸੀ। ਹਾਂਜੀ ਹਾਂਜੀ ਹਾਂਜੀ। ਉਹ ਜਿੱਥੇ ਜਰਨੈਲਾਂ ਦੀ ਜਗ੍ਹਾ ਹੈ, ਵੱਡੇ ਜਰਨੈਲਾਂ ਦੀ, ਉਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਵਿੱਚ ਅਰਦਾਸੀ ਮਾਤੇ ਸੰਤ ਵੀ ਆਉਂਦੇ ਰਹੇ। ਅਤੇ ਜਿਹੜੀ ਬਿਲਡਿੰਗ ਆ, ਮੇਰੇ ਤੋਂ ਪਹਿਲੇ ਸੰਤਾਂ ਨੇ ਬਣਾਈ ਹੈ ਜਾਂ ਕੁਛ ਮੈਂ ਬਣਾਈ ਹੈ? ਪਹਿਲਾਂ ਨੇ ਕੁਛ ਨਹੀਂ ਬਣਾਇਆ। ਠੀਕ ਹੈ ਜੀ। ਝੜਾ ਸੀ ਬਹੁਤ ਵੱਡਾ, ਕਈ ਮੀਲਾਂ 'ਚ ਬਹੁਤ ਵੱਡਾ ਝੜਾ। ਹਾਂਜੀ ਹਾਂਜੀ। ਅਤੇ ਜਿਹੜੀ ਆ ਮਤਲਬ ਆਪਣਾ ਸਾਰਾ ਸਥਾਪਨਾ ਹੋਈ ਗਿਆ, ਕਾਰ ਵਿੱਢਿਆ ਗਿਆ ਜਾਂ ਤੋਰਿਆ ਗਿਆ, ਨੇਪਰੇ ਚਾੜਿਆ ਗਿਆ, ਹਾਂਜੀ ਹਾਂਜੀ, ਹੈ ਨਾ ਜੀ, ਉਹਦੇ ਵਿੱਚ ਹੁਣ ਤੱਕ ਕਿਹੜੇ ਕਿਹੜੇ ਮੁੱਖ ਸ਼ਖਸੀਅਤਾਂ ਨੇ ਜਿਹਨਾਂ ਨੇ ਤੁਹਾਡੇ ਨਾਲ ਬਹੁਤ ਮੋਢਾ ਜੁੜ ਕੇ ਤੁਹਾਡੇ ਨਾਲ ਮਦਦ ਕੀਤੀ? ਇਲਾਕੇ ਦੀ ਸੰਗਤ ਸਾਰੀ, ਹਾਂਜੀ, ਇਲਾਕੇ ਦੇ ਸੰਤ ਮਹੰਤ ਵੀ, ਅੱਗੇ ਮੈਂ ਆਪ ਲੱਗਿਆ, ਹਾਂਜੀ, ਅਤੇ ਕਾਰ ਸੇਵਾ ਵਾਲੇ ਸੰਤ ਵੀ ਆਏ, ਹੋਰ ਸਾਰੇ ਭਲੇ ਪੁਰਸ਼ ਜਿੰਨੇ ਵੀ ਆ ਕੇ ਸਾਥ ਦਿੰਦੇ, ਚੰਗੀ ਸਲਾਹ ਦੇਣੀ, ਚੰਗਾ ਜਿਹੋ ਜਿਹਾ ਵੀ ਉਹਨਾਂ ਕੋਲ ਹੋਣਾ, ਯੋਗਦਾਨ ਪਾਉਂਦੇ, ਸਾਰੇ ਚੰਗੇ ਦਾਨੇ ਬੰਦੇ, ਸਾਰੇ ਭਲੇ ਪੁਰਸ਼। ਅਤੇ ਤੁਸੀਂ ਇਹ ਸਾਰੇ ਕਾਰਜ ਵਿੰਢਣ ਲਈ, ਨੇਪਰੇ ਚਾੜਨ ਲਈ ਕੋਈ ਕਮੇਟੀ ਦਾ ਗਠਨ ਕੀਤਾ? ਨਹੀਂ, ਮੈਂ ਆਲ ਇਨ ਆਲ ਹੀ ਜੋ ਕੋਈ ਕਮੇਟੀ, ਮਤਲਬ ਹਿੱਸਾ ਮੇਰਾ ਹੱਥ ਤੇਰੇ ਵਾਲੀ ਗੱਲ, ਸਾਡੇ ਬਾਬੇ ਨਿਹੰਗ ਸਿੰਘ ਵਾਲੀ ਕੱਢੀ ਜਾਂਦੇ, ਵਰਤਾਈ ਜਾਂਦੇ, ਆਪ ਹੀ ਕੋਈ ਕਮੇਟੀਆਂ ਨਹੀਂ, ਸਰਪੰਚ ਵੀ ਨਹੀਂ।
ਠੀਕ ਹੈ ਜੀ। ਮੌਜੂਦਾ ਸਰਪੰਚ ਹੁੰਦੇ ਜੋ ਕਿ ਤੁਸੀਂ ਦੱਸਿਆ ਪਿਛਲੇ ਸਵਾਲ ਦੇ ਵਿੱਚ ਕਿ ਤੁਸੀਂ ਸਰਪੰਚ ਮਤਲਬ ਤੁਹਾਨੂੰ ਸਰਬ ਸੰਮਤੀ ਦੇ ਨਾਲ ਚੁਣਿਆ ਗਿਆ, ਸੋ ਤੁਸੀਂ ਸਰਪੰਚ ਹੁੰਦਿਆਂ ਹੋਇਆ ਹੁਣ ਤੱਕ ਪਿੰਡ ਦਾ ਕੀ ਕੁਛ ਜਿਹੜਾ ਨਵਾਂ ਕਾਰਜ ਵਿੰਡਿਆ, ਜਿਹੜਾ ਰੁਕੇ ਕਾਰਜਾਂ ਨੂੰ ਨੇਕਲੇ ਚਾੜੇ ਅੱਗੇ ਤੋਰਿਆ? ਜਿੰਨਾ ਲੋਕਾਂ ਨੂੰ ਪਾਣੀ ਦੀ ਘਾਟ ਸੀ, ਪਾਣੀ ਦੀ ਸਮੱਸਿਆ ਸੀ, ਨਹੀਂ ਸੀ ਪੰਪ ਲਾ ਸਕਦੇ, ਉਹਨਾਂ ਘਰਾਂ 'ਚ ਫ੍ਰੀ ਮੋਟਰਾਂ ਲਾਈਆਂ, ਜਿੱਥੇ 5 ਘਰ ਜੁੜ ਕੇ ਆ ਗਏ, 10-20 ਮੋਟਰ ਲਾਉਣੇ ਉੱਥੇ ਮੋਟਰ ਲਾਈ, ਅਤੇ ਕਿਸੇ ਗਰੀਬ ਦੀ ਲੜਕੀ ਸ਼ਾਦੀ ਕਰਨੀ ਸ਼ਾਦੀ ਕੀਤੀ, ਦਵਾਈ ਵਾਲਿਆਂ ਦਵਾਈ ਦਵਾਈ, ਗਲੀਆਂ ਦਾ ਕੰਮ ਵਿਕਾਸ ਕੀਤਾ। ਠੀਕ ਹੈ ਜੀ। ਇੱਕ ਮੈਂ ਸਵਾਲ ਹੋਰ ਕਰਨਾ ਚਾਹੁੰਦਾ ਤੁਹਾਨੂੰ, ਜਿਵੇਂ ਤੁਸੀਂ ਦੇਖੋ ਤੁਸੀਂ ਦੱਸ ਸਕਦੇ ਹੋ ਗੁਰਮਤੀ ਸੰਗੀਤ ਲਈ ਵੀ ਤੁਸੀਂ ਇੱਥੇ ਤੋਰ ਰਹੇ ਹੋ, ਕਿਉਂਕਿ ਗੁਰੂਆਂ ਦੀ ਬਾਣੀ ਨੂੰ ਨਾਲ ਜੋੜ ਰਹੇ ਹੋ, ਕਿਉਂਕਿ ਸੰਗੀਤ ਇੱਕ ਇਹੋ ਜਿਹਾ ਸਾਧਨ ਹੈ ਜਿਹਦੇ ਨਾਲ ਗੱਲ ਬਹੁਤ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਅਤੇ ਗੁਰੂਆਂ ਦੀ ਬਾਣੀ ਦੇ ਨਾਲ ਬੰਦਾ ਬਹੁਤ ਕਰੀਬ ਹੋ ਜਾਂਦਾ ਸੰਗੀਤ ਦੇ ਵਿੱਚ, ਭੁਲ ਕੇ ਬੰਦਾ, ਹੈ ਨਾ, ਉਹ ਤੁਸੀਂ ਤੋਰਿਆ। ਇਸ ਤੋਂ ਬਿਨਾਂ ਜਿਵੇਂ ਜਿਵੇਂ ਬਿਰਧ ਬਿਰਧ ਆਸ਼ਰਮ ਵਗੈਰਾ ਹੋਰ ਕੁਛ ਇੱਦਾਂ ਦਾ ਕਰਨ ਦੀ, ਬਿਰਧ ਆਸ਼ਰਮ ਵਿੱਚ ਸਮਾਨ ਭੇਜਦੇ ਰਹੇ ਨੇ, ਇਸ ਤੋਂ ਲੰਗਰ ਦਾ ਬਰਤਨ ਦਾ ਕੱਪੜੇ ਕੀੜਾ ਅਨਾਜ, ਭਗਤ ਪੂਰਨ ਸਿੰਘ ਦੇ ਵਿੱਚ ਆਸ਼ਰਮ ਵਿੱਚ ਭੇਜਦੇ ਰਹਿੰਦੇ ਰਾਸ਼ਨ ਕਣਕ ਪਾਣੀ ਹੋਰ ਦਿਲਚਸਪ ਇੰਟਰਵਿਊ ਧਾਰਮਿਕ ਗੀਤ ਰਿਕਾਰਡ ਕਰ।